ਅੱਗੇ ਬੰਦਿਆ ਕੇਂਦਰੀ ਜਾਂਚ ਏਜੰਸੀਆਂ ਦੀ ਇਨਪੁੱਟ ਮੰਗਰੋਂ ਪਿੰਡ ਮੂਸਾ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੀ ਹਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਸੁਰੱਖਿਆ ਐਸ ਵੇਲੇ ਸਖਤ ਕਰ ਦਿੱਤੀ ਗਈ ਹੈ ਜੀ ਹਾਂ ਵੱਡੇ ਪੱਧਰ ਤੇ ਸੁਰੱਖਿਆ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਪੁਲਿਸ ਨੇ ਇੱਥੇ ਪੱਕੇ ਟੈਂਟ ਲਾ ਲਏ ਨੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਇੱਥੇ ਨਜ਼ਰ ਰੱਖੀ ਜਾ ਰਹੀ ਹੈ ਏਜੰਸੀਆਂ ਦੀ ਸੂਚ ਮਿਲੀ ਦੱਸੀ ਜਾ ਰਹੀ ਹੈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੋੜ ਤੋਂ ਵਿਦੇਸ਼ ਜਾ ਚੁੱਕੇ ਨੇ ਪਾਰਕੀ ਵਾਕੀ ਚੀਕ ਕੋ ਵੱਡਾ ਹਮਲਾ ਕਰਨ ਦੇ ਫਰਾਕ ਚਾਹਨ ਗੈਂਗਸਟਰ ਕੀ ਕੋਈ ਵੱਡੀ ਕਾਰਵਾਈ ਕਰ ਸਕਦੇ ਨੇ ਗੈਂਗਸਟਰ ਆਖਰਕਾਰ ਕਿਹੜੀ ਇਨਪੁਟ ਪੁਲਿਸ ਦੇ ਕੋਲ ਮੌਜੂਦ ਹੈ ਹੈ ਫਿਲਹਾਲ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਖਾਸ ਪਰਦਾਜ਼ੀ ਕਿ ਐਲ ਐਮ ਜੀ ਤਨਾਤ ਕਰ ਦਿੱਤੀ ਗਈ ਸੀ ਕੱਲ ਹੀ ਖਬਰ ਆਈ ਸੀ ਹਾਲਾਂਕਿ ਕੱਲ ਪੁਲਿਸ ਨੇ ਦੱਸਿਆ ਸੀ ਕਿ ਇਹ ਮੌਕ ਡ੍ਰਿਲ ਹੈ ਪਰ ਜਿਸ ਢੰਗ ਦੇ ਨਾਲ ਅੱਜ ਡੌਗ ਸਕਵਾਡ ਵੱਲੋਂ ਬੌਮ ਸਕਵਾਡ ਵੱਲੋਂ ਪੂਰੇ ਪਿੰਡ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਐਲ ਐਮ ਜੀ ਸਨੇ ਸੁਰੱਖਿਆ ਮੁਲਾਜ਼ਮ ਤਨਾਤ ਹੈ ਟੈਂਟ ਲਾ ਕੇ ਪੱਕਾ ਮੋਰਚਾ ਪੁਲਿਸ ਨੇ ਇੱਥੇ ਲਾ ਦਿੱਤਾ ਹੈ ਸੀਸੀਟੀਵੀ ਕੈਮਰੇ ਲਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਪਿੰਡ ਮੂਸਾ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਿੰਡ ਮੂਸਾ ਇਸ ਵੇਲੇ ਛਾוני ਵਿੱਚ ਤਬਦੀਲ ਹੁੰਦਾ ਵਿਖਾਈ ਦੇ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਸਿੱਧਾ ਰੁਕਰਾਂਗੇ ਮੂਸਾ ਤੋਂ ਸਾਡੇ ਸਹਿਯੋਗੀ ਨਰਦੀਪ ਉਥੇ ਜਾਣਕਾਰੀ ਲੈਣ ਦੇ ਲਈ ਪਹੁੰਚੇ ਕੀ ਕੁਝ ਦ੍ਰਿਸ਼ ਉਹਨਾਂ ਨੇ ਵੇਖੇ ਜ਼ਿਆਦਾ ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਨਰਦੀਪ ਹਾਲੂਵਾਲਿਆ ਜਾਂਚ ਏਜੰਸੀਆਂ ਦੀ ਇਨਪੁਟ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਜਿੱਥੇ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਪਰ ਸਖ਼ਤ ਰੱਖਿਆ ਵਿਦਾ ਦਿੱਤੀ ਗਈ ਆ ਉੱਥੇ ਹੀ ਕੇਂਦਰੀ ਜਾਂਚ ਏਜੰਸੀਆਂ ਨੇ ਸ਼ੰਕਾ ਜਤਾਈ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਉੱਪਰ ਹਮਲਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਮਾਨਸਾ ਪੁਲਿਸ ਵੱਲੋਂ ਪਿੰਡ ਮੂਸਾ ਨੂੰ ਚੌਣੀ ਵਿੱਚ ਤਬਦੀਲ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਮੂਸਾ ਵਿੱਚ ਜਿੱਥੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਦੀ ਹਵੇਲੀ ਨੂੰ ਆਨ ਜਾਣ ਵਾਲੇ ਰਸਤੇ ਉੱਤੇ ਵੈਰੀਗੇਟ ਲਗਾ ਕੇ ਪੂਰਨ ਤੌਰ ਤੇ ਸੀਲ ਕੀਤਾ ਗਿਆ ਤੇ ਮਾਨਸਾ ਪੁਲਿਸ ਵੱਲੋਂ ਹਰ ਇੱਕ ਵਿਅਕਤੀ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ ਗੱਡੀ ਵਹੀਕਲ ਨੂੰ ਚੈੱਕ ਕੀਤਾ ਜਾ ਰਿਹਾ ਤੇ ਉਸ ਦੇ ਜਿਹੜੀ ਪੂਰੀ ਇਨਫਰਮੇਸ਼ਨ ਨੂੰ ਦੱਜ ਕੀਤਾ ਜਾਂਦਾ ਤੁਸੀਂ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਗੇਟ ਹੈ ਜਿੱਥੇ ਬੈਰੀਕੇਡ ਲਗਾ ਕੇ ਪੁਲਿਸ ਪੱਕੇ ਮੋਰਚੇ ਲਗਾਏ ਗਏ ਨੇ ਤੇ ਪੁਲਿਸ ਕਰਮੀ ਤਾਇਨਾਤ ਨੇ ਤੇ ਹਰ ਇੱਕ ਵਿਅਕਤੀ ਜੋ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆਉਂਦਾ ਉਸ ਦਾ ਪੂਰਾ ਬਿਓਰਾ ਲੈ ਕੇ ਪਰਿਵਾਰ ਨਾਲ ਮਲਾਇਆ ਜਾਂਦਾ ਤੇ ਉਸ ਦੇ ਆਧਾਰ ਕਾਰਡ ਹੋਰ ਉਹ ਸਾਰਾ ਕੁਝ ਕੁਝ ਜਿਹੜਾ ਚੈੱਕ ਕੀਤਾ ਜਾਂਦਾ ਇਸੇ ਤਰ੍ਹਾਂ ਹੀ ਹੈ ਜਿਹੜਾ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਪਰ ਇੱਕ ਲਾਈਟ ਮਸ਼ੀਨ ਗਨ ਫੀਟੜ ਗੱਡੀ ਖੜਾਈ ਗਈ ਹੈ ਤਾਂ ਜੋ ਕੋਈ ਵੀ ਅਣਸਖਾਵੀ ਘਟਨਾ ਨਾ ਹੋ ਸਕੇ ਅਤੇ ਉਸ ਨਾਲ ਨਿਜੀਠਿਆ ਜਾ ਸਕੇ ਕੋਈ ਵੀ ਸ਼ਰਾਰਤੀ ਅਨਸਰ ਨਾਲ ਅਗਰ ਕੋਈ ਆਂਦਾ ਤਾਂ ਉਸ ਨਾਲ ਨਿਜੀਠਿਆ ਜਾ ਸਕੇ ਦੂਸਰੇ ਗੇਟ ਉੱਪਰ ਜਿਹੜਾ ਬੂਰੀਆਂ ਨਾਲ ਪੱਕਾ ਮੋਰਚਾ ਲਗਾਇਆ ਗਿਆ ਹੈ ਇਸੇ ਤਰ੍ਹਾਂ ਹੀ ਪਿੰਡ ਮੂਸਾ ਦੇ ਐਂਟਰੀ ਉੱਪਰ ਬੈਰੀਗੇਡ ਲਗਾਏ ਗਏ ਨੇ ਤੇ ਪੁਲਿਸ ਦੇ ਕਰਮੀਆਂ ਦੇ ਰਹਿਣ ਲਈ ਜਿਹੜੇ ਪੱਕੇ ਮੋਰਚੇ ਲਗਾ ਕੇ ਤੇ ਪੱਕੇ ਟੈਂਟ ਲਗਾ ਦਿੱਤੇ ਗਏ ਨੇ ਸਵੇਰੇ ਪਿੰਡ ਮੂਸਾ ਦੇ ਵਿਚ ਸਰਚ ਬਿਆਨ ਕੀਤਾ ਗਿਆ ਜਿੱਥੇ ਡੌਗ ਸਕੁਆਇਰ ਦੀਆਂ ਟੀਮਾਂ ਅਤੇ ਪੁਲਿਸ ਕਦ ਦੀਆਂ ਟੀਮਾਂ ਵੱਲੋਂ ਪਿੰਡ ਮੂਸਾ ਦੀਆਂ ਹਰ ਆਨ ਜਾਣ ਵਾਲੇ ਰਸਤੇ ਨੂੰ ਸਰਚ ਕੀਤਾ ਗਿਆ ਤੇ ਸਖਤ ਸੁਰੱਖਿਆ ਵਧਾ ਦਿੱਤੀ ਗਈ ਹੈ ਬੇਸ਼ੱਕ ਇਸ ਸਖਤੀ ਨੂੰ ਲੈ ਕੇ ਮਾਨਸਾ ਦੇ ਐਸਐਸਪੀ ਜਾਂ ਆਈਜੀ ਬਠਿੰਡਾ ਵੱਲੋਂ ਕੱਲ ਇਸ ਨੂੰ ਮੌਕ ਡ੍ਰਿਲ ਦਾ ਨਾਮ ਦਿੱਤਾ ਗਿਆ ਸੀ ਪਰ ਸੈਂਕੜੇ ਦੀ ਤعداد ਵਿੱਚ ਪੁਲਿਸ ਤਨਾਤ ਕਰਨ ਤੇ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਨੂੰ ਪੁਲਿਸ ਵੱਲੋਂ ਪੂਰਨ ਤੌਰ ਤੇ ਸੀਲ ਕੀਤਾ ਗਿਆ ਤੇ ਜੋ ਕਿ ਕੇਂਦਰੀ ਜਾਂਚ ਏਜੰਸੀਆਂ ਦੀ ਇਨਪੁਟ ਤੋਂ ਬਾਅਦ ਹੁਣ ਮਾਨਸਾ ਪੁਲਿਸ ਵੱਲੋਂ ਜਿੱਥੇ 150 ਦੇ ਕਰੀਬ ਜਿਹੜੇ ਅਧਿਕਾਰੀ ਪਿੰਡ ਮੂਸਾ ਵਿੱਚ ਤਾਇਨਾਤ ਕੀਤੇ ਗਏ ਨੇ ਆ ਤੇ ਤਿੰਨ ਤਿੰਨ ਸ਼ਿਫਟਾਂ ਤੇ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ ਨਵਦੀਪ ਆਲੂ ਵਾਲੀਆ ਪੀਟੀਸੀ ਨਿਊਜ਼ ਪਿੰਡ ਮੂਸਾ ਮਾਨਸਾ